ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਤੁਸੀਂ ਧਿਆਨ ਨਾ ਦਿਓ, ਅਗਲਾ ਬੰਦਾ ਹੀ ਵੇਖੀ ਜਾਵੇ। ਹੋ ਗਿਆ, ਚਲੋ ਕੰਮ ਕਰੋ, ਲੋਕੇਸ਼ਨ ਫਾਈਂਡ ਕਰਦੇ ਆ ਅਗਲੀ ਕਿ ਕਿੱਥੇ ਸ਼ੂਟ ਕੀਤਾ ਜਾਵੇ। ਭਾਜੀ ਉਹਨਾਂ ਨੂੰ ਲੋਕੇਸ਼ਨ ਲੱਭੀ ਨਹੀਂ, ਸ਼ਾਹ ਜੀ ਲੱਭੀ ਨਹੀਂ ਲੋਕੇਸ਼ਨ। ਬਈ ਲੋਕੇਸ਼ਨ 1 2 3 4 ਲੋਕੇਸ਼ਨ ਬਣ ਗਿਆ। ਤੁਸੀਂ ਦੱਸੋ ਪੀਲੀ ਪੱਗ ਵਾਲਿਆ, ਉਹ ਮੁੰਡਿਆ ਪੀਲੀ ਪੱਗ ਵਾਲਿਆ ਭੁਪਿੰਦਰ ਜੀ, ਬਾਬਾ ਜੀ ਕੈਮਰਾ ਲੈਣਾ ਪੈਣਾ ਨਾ। ਭਾਜੀ ਤੁਸੀਂ ਇੱਕ ਦਿਨ ਬਹੁਤ ਅੱਗੇ ਜਾਓਗੇ, ਮੈਨੂੰ ਯਕੀਨ ਹੈ। ਸਾਊਂਡ, ਉਹ ਸਾਊਂਡ ਜਲਦੀ ਆਓ, ਜਲਦੀ ਸਾਊਂਡ। ਹਾਂਜੀ ਪ੍ਰੀਤ ਰੰਧਾਵਾ ਜੀ, ਤੁਹਾਨੂੰ ਕਿੱਦਾਂ ਦਾ ਲੱਗਾ ਸਾਡੇ ਨਾਲ ਕੰਮ ਕਰਕੇ? ਕਿਦੋਂ ਬਹੁਤ ਵਧੀਆ ਸੀ ਤੁਹਾਡਾ ਸਾਰਿਆਂ ਦਾ ਕੰਮ, ਮੈਨੂੰ ਬਹੁਤ ਵਧੀਆ ਲੱਗਾ। ਅੱਜ ਮੇਰਾ ਸ਼ੂਟ ਸੀਗਾ ਬੜਾ। ਖਾਸ ਕਰਕੇ ਕਿਹਦਾ? ਖਾਸ ਕਰਕੇ ਦੱਸੋ ਉੱਧਰ ਕੈਮਰਾ ਘੁਮਾਇਆ ਜਾਵੇ, ਫਿਰ ਖਾਸ ਕਰਕੇ ਕਿਹਦਾ ਵਧੀਆ? ਖਾਸ ਕਰਕੇ ਸਭ ਦਾ ਵਧੀਆ ਸੀ, ਕੋਈ ਐਡਾ ਖਾਸ ਨਹੀਂ ਸੀ, ਲੇਕਿਨ ਸਭ ਦਾ ਹੀ ਬਹੁਤ ਘੈਂਟ ਸੀਗਾ। ਮਜ਼ਾਕ ਕਰ ਰਹੀ ਹਾਂ, ਲੇਕਿਨ ਮੈਮ ਦਾ ਸਭ ਤੋਂ ਵਧੀਆ ਸੀ ਕਿਉਂਕਿ ਉਹਨਾਂ ਨੇ ਮੇਕਅਪ ਕੀਤਾ। ਉਸ ਤੋਂ ਬਾਅਦ ਕੈਮਰਾਮੈਨ ਜਿਹਨਾਂ ਨੇ ਫੋਟੋਸ ਕਲਿੱਕ ਕੀਤੀਆਂ, ਫੋਟੋਸ ਹਲੇ ਆਈਆਂ ਨਹੀਂ ਹੈ, ਜਦੋਂ ਆਣਗੀਆਂ ਫਿਰ ਪਤਾ ਲੱਗੂਗਾ ਕਿ ਵਧੀਆ ਕੀਤਾ। ਬਟ ਬਹੁਤ ਮਜ਼ਾ ਆਇਆ ਸਾਨੂੰ, ਸਿਰ ਤੇ ਪੂਰਾ ਯਕੀਨ ਹੈ ਫੋਟੋਸ ਫਾਈਨਲੀ ਬਹੁਤ ਵਧੀਆ ਸੀ। ਐਂਡ ਤੁਸੀਂ ਵੀ ਸਾਰੇ ਜਾਣੇ ਜਾ ਕੇ ਫਾਲਿੰਗ ਫਰੇਮ ਐਂਟਰਟੇਨਮੈਂਟ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾ ਤੇ ਫੋਲੋ ਕਰੋ। ਥੈਂਕ ਯੂ।